ਦੇ ਵਿੱਚ ਡਟੇ ਹੋਏ ਜਹਾੜੂ ਆਓ ਗੁਰ ਫਤੇ ਨਾਲ ਸਾਂਝ ਪਾਈਏ ਆਖੋ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਰਾਤ ਖਬਰ ਆਈ ਕਿ ਕਹਿੰਦੇ ਪੁਚਾਲ ਆ ਗਿਆ ਮੈਨੂੰ ਉਸ ਵੇਲੇ ਗੋਦੀ মিডিਆ ਦੀ ਫਿਕਰ ਹੋਈ ਜਿਹੜੇ ਕਿ ਹਰ ਗੱਲ ਦੇ ਨਾਲ ਪਾਕਿਸਤਾਨ ਤੇ ਚੀਨ ਤੇ ਇਲਜ਼ਾਮ ਲਾਉਣ ਲੱਗ ਜਾਂਦੇ ਐ ਮੈਨੂੰ ਲੱਗਿਆ ਵੀ ਕਿਤੇ ਐ ਨਾ ਕਹਿ ਦੇਣ ਵੀ ਭਾਰਤ ਦੇ ਵਿੱਚ ਭਝਾਲ ਦੇ ਪਿੱਛੇ ਚੀਨ ਦੀ ਸਾਜ਼ਿਸ਼ ਹੈ ਕਿਉਂਕਿ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਐ ਮੀਡੀਆ ਦਾ ਇੱਕ ਵੱਡਾ ਥੰਮ ਜਿਹੜਾ ਗੋਦੀ ਮੀਡੀਆ ਬਣ ਗਿਆ ਉਹਦਾ ਕੰਮ ਲੋਕ ਹੱਕਾਂ ਦੀ ਗੱਲ ਕਰਨ ਦੀ بجائے ਜਿੱਥੇ ਵੀ ਕੋਈ ਗੱਲ ਹੁੰਦੀ ਐ ਉੱਥੇ ਹੀ ਕਿ ਆ ਫਲਾਣੇ ਦੇਸ਼ ਨੇ ਕਰਤਾ ਫਲਾਣੇ ਨੇ ਕਰਤਾ ਟਮਕਾਣੇ ਨੇ ਕਰਤਾ ਤੇ ਉਹਦੇ ਨਾਲ ਹੀ ਸੋਸ਼ਲ ਮੀਡੀਆ ਤੇ ਇੱਕ ਹੋਰ ਟ੍ਰੋਲ ਆਰਮੀ ਐ ਜਿਹਦਾ ਜ਼ਮੀਨ ਤੇ ਕੋਈ ਆਧਾਰ ਨਹੀਂ ਹੈ ਤੇ ਮੈਨੂੰ ਇਹ ਵੀ ਲੱਗਿਆ ਵੀ ਕਿਤੇ ਸੋਸ਼ਲ ਮੀਡੀਆ ਤੇ ਉਹ ਇਹੋ ਜਿਹਾ ਕੁਝ ਨਾ ਕਹਿਣ ਲੱਗ ਜਾਣ ਵੀ ਜਿਹੜਾ ਪਛਾਲ ਆਇਆ ਇਹਦੀ ਜ਼ਿੰਮੇਵਾਰੀ ਸਯੁਜਕਤ ਕਿਸਾਨ ਮੋਰਚੇ ਨੂੰ ਲੈਣੀ ਚਾਹੀਦੀ ਹੈ ਤੇ ਇਹਦੇ ਪਿੱਛੇ ਆਗੂਆਂ ਦਾ ਹੱਥ ਹੈ ਕਿਉਂਕਿ ਉਹਨਾਂ ਵਿਚਾਰਿਆਂ ਨੂੰ ਇਹਨਾਂ ਆਗੂਆਂ ਦੀ ਇਮਾਨਦਾਰੀ ਤੇ ਇਹ ਸਯੁਜਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਤੇ ਜਜ਼ਬੇ ਤੇ ਔਰ ਇਹਨਾਂ ਦੀ ਰਣਨੀਤੀ ਤੇ ਖੜੇ ਕਰਨ ਦੇ ਲਈ ਕੋਈ ਤਾਰਕਿਕ ਕੋਈ ਦਲੀਲ ਦੇ ਨਾਲ ਕੋਈ ਤੱਥਾਂ ਦੇ ਨਾਲ ਕੋਈ ਸਵਾਲ ਨਹੀਂ ਲੱਭਦੇ ਇਸ ਕਰਕੇ ਉਹ ਜਿਹੜਾ ਗੋਦੀ ਮੀਡੀਆ ਤੇ ਸੰਗੀ ਜੁੰਡਲੀ ਦੇ ਨਾਲ ਰਲ ਕੇ ਉਹ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਪਰਭਾਉ ਕੂੜ ਪ੍ਰਚਾਰ ਕਰਦੇ ਆ ਜਿਨ੍ਹਾਂ ਦਾ ਦਲੀਲ ਦੇ ਨਾਲ ਤੱਥ ਦੇ ਨਾਲ ਤਰਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਪਰ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿਉਂ ਲੋਕ ਜਿਹੜੇ ਸਰਫੇਸ ਕਰਕੇ ਕਿਉਂ ਆਗੂਆਂ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਉਹ ਸੰਘਰਸ਼ ਨੂੰ ਸੰਘਰਸ਼ ਨੂੰ ਹਾਰਿਆ ਹੋਇਆ ਵੇਖਣਾ ਚਾਹੁੰਦੇ ਐ ਤਾਂ ਮੈਂ ਸਮਝਦਾ ਕਿ ਉਹ ਮੋਦੀ ਸਰਕਾਰ ਆਲਾ ਕੰਮ ਕਰ ਰਹੇ ਐ ਉਹ ਆਰਐਸਐ ਸੜਾ ਕੰਮ ਕਰ ਰਹੇ ਐ ਇਸ ਕਰਕੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਤੇ ਅੰਦੋਲਨ ਇਹ ਜਿੰਨਾ ਲੰਮਾ ਹੋ ਰਿਹਾ ਹੈ ਮੋਦੀ ਸਰਕਾਰ ਨੂੰ ਇਹ ਭਰਮ ਜ਼ਿੰਮੇਵਾਰ ਵਰਕਰ ਇਹਨਾ ਹੁੰਨਾ ਉਹਨਾਂ ਨੂੰ ਭਰਮ ਸੀ ਕਹਿੰਨਾ ਲੋਕਾਂ ਨੂੰ ਉਹ ਖਦੇੜ ਲੈਣਗੇ ਕਹਿੰਨਾ ਲੋਕਾਂ ਨੂੰ ਉਹ ਘਟਾ ਲੈਣਗੇ ਇਹਨਾਂ ਲੋਕਾਂ ਦੀ એનર્ਜੀ ਨੂੰ ਡਾਇਵਰਟ ਕਰ ਦੇਣਗੇ ਪਰ ਸਰਕਾਰ ਦੀਆਂ ਤੇ ਉਹਦੇ ਪਿਛ ਲੱਗੂਆਂ ਦੀਆਂ ਤੇ ਉਹਨਾਂ ਦੇ ਆਕਾਮਾਨੀਆਂ ਅਡਾਨੀਆਂ ਦੀਆਂ ਹੁਣ ਤੱਕ ਸਾਰੀਆਂ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ਹੋਈਆਂ ਤੇ ਅੱਗੇ ਵੀ ਫੇਲ ਹੋਣਗੀਆਂ ਕਿਉਂਕਿ ਸਾਨੂੰ ਮੱਛੀ ਦੀ ਅੱਖਾਂ ਨੂੰ ਇਸ ਸੰਘਰਸ਼ ਦੇ ਵਿੱਚ ਜਿੱਤ ਦੀਂਦੀ ਐ ਜਿੱਤ ਤੋਂ ਬਿਨਾਂ ਨਾ ਸਾਨੂੰ ਕੁਝ ਦੀਂਦਾ ਨਾ ਅਸੀਂ ਕੁਝ ਵੇਖਣਾ ਅਸੀਂ ਜਿੱਤਣ ਆਏ ਆ ਜਿੱਤ ਕੇ ਜਾਵਾਂਗੇ ਜੀਦਾ ਜੋਰ ਲੱਗਦਾ ਲਾਲੇ ਇਹ ਸੰਘਰਸ਼ ਨੂੰ ਤੁਸੀਂ ਬਦਨਾਮ ਨਹੀਂ ਕਰ ਸਕਦੇ ਇਹ ਸੰਘਰਸ਼ ਨੂੰ ਤੁਸੀਂ ਹਰਾ ਨਹੀਂ ਸਕਦੇ ਇਹ ਸੰਘਰਸ਼ ਦੇ ਪਿੱਛੇ ਗਦਰੀ ਬਾਬਿਆਂ ਦਾ ਭਗਤ ਸਰਾਬਿਆਂ ਦਾ ਗੁਰੂ ਸਹਿਬਾਨ ਦਾ ਔਰ ਦੁਨੀਆ ਪਰਦੇ ਵਿੱਚ ਜਿੰਨੀਆਂ ਵੀ ਲੋਕ ਲਹਿਰਾਂ ਚੱਲੀਆਂ ਉਹਨਾਂ ਲਹਿਰਾਂ ਦਾ ਵਿਰਸਾ ਉਸ ਵਿਰਾਸਤ ਦੀ ਲੋ ਉਹ ਚੜਦੀ ਕਲਾ ਦਾ ਜਲਾ ਉਹ ਜਜ਼ਬੇ ਦੀ ਰੋਸ਼ਨੀ ਉਹ ਸਾਡੀ ਰਾਹ ਦਰਸਾਉਂਦੀ ਹੈ ਤੇ ਇਸ ਕਰਕੇ ਇਸ ਕਰਕੇ ਅਸੀਂ ਇਸ ਗੱਲ ਤੇ ਬਹੁਤ ਸਪਸ਼ਟ ਹਾਂ ਕਿ ਸਰਕਾਰ ਜਿੱਧਰ ਨੂੰ ਮਰਜ਼ੀ ਇਸ ਸੰਘਰਸ਼ ਨੂੰ ਘਵਾਉਣ ਦੀ ਕੋਸ਼ਿਸ਼ ਕਰੇ ਪਰਾਸਿਦ ਰੱਖਾਂਗੇ ਕਿ ਅਸੀਂ ਇੱਥੇ ਤਿੰਨਾ ਕਾਨੂੰਨਾਂ ਨੂੰ ਰੱਦ ਕਰਾਉਣ ਆਏ ਆ ਤੇ ਜਿਹੜੇ ਐਮਐਸਪੀ ਦੇ ਉੱਤੇ ਸਰਕਾਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਵਾਉਣ ਆਏ ਆ ਕਿਉਂਕਿ ਇਹਦੇ ਨਾਲ ਇੱਕ ਤਾਂ ਜਿਹੜੀ ਇਹ ਵਿਪਤਾ ਕਾਨੂੰਨਾਂ ਦੀ ਪਈ ਹੈ ਇਹ ਤਾਂ ਉਹ ਜਾਏਗੀ ਜਾਏਗੀ ਇਹਦੇ ਨਾਲ ਜਿਹੜਾ ਪੰਜਾਬ ਇੱਕ ਵੱਡਾ ਸੰਤਾਪ ਢਾਂਡਾਰਿਆ ਮੈਂ ਕੱਲ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਹਰੀ ਕ੍ਰਾਂਤੀ ਦੇ ਨਾਂ ਤੇ ਕਥੇ ਤਹਰੀ ਕ੍ਰਾਂਤੀ ਜਿਹੜੀ ਸਾਨੂੰ ਦਿੱਤੀ ਗਈ ਉਹਦਾ ਬੇਸ਼ੱਕ ਆਰਥਿਕ ਪੱਖ ਤੋਂ ਚਾਹੇ ਕੁਝ ਲਾਭ ਹੋਇਆ ਹੋਵੇ ਪਰ ਉਹਦਾ ਜਿਹੜਾ ਨੁਕਸਾਨ ਹੋਇਆ ਕਿ ਸਾਡਾ ਪਾਣੀ ਇੰਨਾ ਡੂੰਗਾ ਚਲਾ ਗਿਆ ਕਿ ਆਉਣ ਵਾਲੇ ਸਮੇਂ ਸਾਡੇ ਪੰਜਾਬ ਦੇ ਲਈ ਵੱਡੇ ਸੰਕਟ ਖੜੇ ਹੋਣਗੇ ਉਹਦੇ ਨਾਲ ਪੰਜਾਬ ਦਾ ਇੱਕ ਵੱਡਾ ਇਲਾਕਾ ਸਾਡਾ ਕੈਂਸਰ ਬੈਲਟ ਦੇ ਨਾਲ ਜਾਣਿਆ ਲਜਾਨ ਲੱਗ ਪਿਆ ਤੇ ਇਸ ਕਰਕੇ ਜਿਹੜਾ ਇੱਥੇ ਫਸਲੀ ਚੱਕਰ ਸੀ ਸਾਡਾ ਕੁਦਰਤੀ ਇੰਨੇ ਸਮੇ ਦਾ ਉਹਨੂੰ ਤੈਸ ਨੈਸ ਕਰ ਦਿੱਤਾ ਗਿਆ ਸਰੀ ਕ੍ਰਾਂਤੀ ਦੇ ਨਾਂ ਤੇ ਤੇ ਇਸ ਕਰਕੇ ਜਦੋਂ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਗੱਲ ਆਏਗੀ ਤਾਂ ਫਿਰ ਉਹ ਜਿਹੜਾ ਕਣਕ ਤੇ ਝੋਨੇ ਵਾਲਾ ਸਿਰ ਫਸਲੀ ਚੱਕਰ ਸਾਡੇ ਸਿਰ ਤੇ ਮੜ ਦਿੱਤਾ ਗਿਆ ਮੈਂ ਸਮਝਦਾ ਜਦੋਂ ਬਾਕੀਆਂ ਫਸਲਾਂ ਤੇ ਵੀ ਐਮਐਸਪੀ ਦੀ ਗੱਲ ਹੋਏਗੀ ਤਾਂ ਫਿਰ ਉਹ ਰਵਾਇਤੀ ਫਸਲੀ ਚੱਕਰ ਟੁੱਟੇਗਾ ਤੇ ਪੰਜਾਬ ਦੇ ਲੋਕ ਚਾਹੇ ਗੰਨਾ ਹੋਵੇ ਕਪਾਹ ਹੋਵੇ ਬਾਜਰਾ ਹੋਵੇ ਮੱਕੀ ਹੋਵੇ ਦਾਲਾਂ ਹੋਣ ਔਰ ਜਿਹੜਾ ਪਹਿਲਾਂ ਕੁਦਰਤੀ ਤੌਰ ਤੇ ਜਿਵੇਂ ਵੱਖ-ਵੱਖ ਫਸਲਾਂ ਸਬਜ਼ੀਆਂ ਫਲ ਜੋ ਵੀ ਖੇਤੀ ਹੁੰਦੀ ਸੀ ਉਸ ਤਰ੍ਹਾਂ ਦੀ ਖੇਤੀ ਵਾਲਾ ਦੌਰ ਵੀ ਪੰਜਾਬ ਮੁੜ ਵੇਖੇਗਾ ਕਿਉਂਕਿ ਇਹ ਲੜਾਈ ਬਹੁਤ ਅਗਾਹ ਤੱਕ ਜਾਣ ਵਾਲੀ ਲੜਾਈ ਹੈ ਸਾਰੀ ਸਮਝਣ ਵਾਲੀ ਗੱਲ ਹੈ ਕਿਉਂਕਿ ਜਦੋਂ ਮੰਡੀ ਕਰਨ ਦਾ ਭਰੋਸਾ ਹੋਏਗਾ ਜਦੋਂ ਇਹਨਾਂ ਨੂੰ ਸਪਸ਼ਟ ਹੋਏਗੀ ਇਹ ਗੱਲ ਕਿਸਾਨਾਂ ਨੂੰ ਕਿ ਸਾਨੂੰ ਹਰ ਫਸਲ ਦਾ ਮੁੱਲ ਹੈ ਜਿਹੜਾ ਉਹ ਐਮਐਸਪੀ ਤੇ ਮਿਲੇਗਾ ਫਿਰ ਉਹਨਾਂ ਦਾ ਕੀ ਦਿਮਾਗ ਫਿਰਿਆ ਕਿ ਉਹ ਕੱਲਾ ਪਾਣੀ ਬਰਬਾਦੀ ਲਈ ਕਿ ਸਿਰਫ ਉਹ ਝੋਨਾ ਹੀ ਬੀਜਣਗੇ ਜਾਂ ਹੋਰ ਸਰਵੈਤੀ ਚੱਕਰ ਦੇ ਵਿੱਚ ਫਿਰ ਕਿਉਂ ਫਸੇ ਰਹਿਣਗੇ ਇਸ ਕਰਕੇ ਮੈਂ ਸਮਝਦਾ ਕਿ ਸਾਨੂੰ ਡਟੇ ਰਹਿਣ ਦੀ ਲੋੜ ਹੈ ਬਹੁਤ ਲੋਕ ਕਹਣਗੇ ਜਿਹੜੇ ਡਰੇ ਪਏ ਨੇ ਤੁਹਾਡੀ ਏਕਤਾ ਤੋਂ ਪਰ ਅਸੀਂ ਇੱਥੇ ਕਹਿਣਾ ਚਾਹੁੰਦੇ ਹਾਂ ਕਿ ਜਿਹਦਾ ਜੋਰ ਲੱਗਦਾ ਲਾਲੇ ਇਹ ਏਕਾ ਨਹੀਂ ਟੁੱਟਣਾ ਇਹ ਜਿਹੜੀ ਏਕਤਾ ਹੈ ਏਕਾ ਤੇ ਸਬਰ ਇਹ ਜੰਗ ਨੂੰ ਜਿੱਤਣ ਤੱਕ ਅਸੀਂ ਜਾਰੀ ਰੱਖਾਂਗੇ ਤੇ ਅਖੀਰ ਦੇ ਵਿੱਚ ਮੈਂ ਕਿ ਭਾਜਪਾ ਦੇ ਲੋਕ ਇਹ ਭਰਮ ਫਲਾਉਂਦੇ ਨੇ ਕਿ ਲੋਕ ਲੋਕ ਇਤੋਂ ਦੇ ਸੰਘਰਸ਼ ਦੇ ਖਿਲਾਫ ਹੈ ਪਰ ਮੈਂ ਤੁਹਾਨੂੰ ਸਾਡੀ ਟੀਮ ਦੇ ਕੰਮ ਦੀ ਹਿਦਾਰਨ ਦੇ ਦਿਆਂ ਕਿ ਅਸੀਂ ਇੱਥੇ ਇੱਥੋਂ ਲਗਭਗ 2 ਕਿਲੋਮੀਟਰ ਅਗੇ ਐਸਜੀਪੀਸੀ ਦੇ ਲੰਗਰ ਦੇ ਕੋਲ ਅਸੀਂ ਇਸ ਤੋਂ ਦੇ ਲੋਕਲ ਮਜ਼ਦੂਰਾਂ ਦੇ ਬੱਚਿਆਂ ਲਈ ਮੁਫਤ ਸਕੂਲ ਚਲਾ ਰਹੇ ਹਾਂ ਇੱਥੇ ਲਾਇਬ੍ਰੇਰੀ ਚਲਾ ਰਹੇ ਹਾਂ ਔਰ ਜਿਹੜੇ ਭਾਜਪਾ ਦੇ ਲੋਕ ਕਹਿੰਦੇ ਆ ਕਿ ਲੋਕਾਂ ਲੋਕ ਸੰਘਰਸ਼ ਦੇ ਖਿਲਾਫ ਆ ਉਹਨਾਂ ਨੂੰ ਚੈਲੰਜ ਕਰਦੇ ਆ ਕਿ ਆਓ ਤੇ ਆ ਕੇ ਦੇਖੋ ਲੋਕ ਲੋਕ ਹੀ ਨਹੀਂ ਇਕੱਲੇ ਉਹਨਾਂ ਦੇ ਬੱਚੇ ਵੀ ਸਾਡੇ ਨਾਲ ਆ ਉਹ ਰੋਜ਼ ਆਉਂਦੇ ਆ ਉਹ ਸਾਡੇ ਵਿੱਚ ਬੈਂਦੇ ਆ ਕਿਉਂਕਿ ਲੋਕਲ ਜਿਹੜੇ ਲੋਕ ਇੱਥੇ ਕਿਸਾਨ ਮਜ਼ਦੂਰ ਆਸ-ਪਾਸ ਵੱਸਦੇ ਐ ਉਹ ਭਾਈ ਲਾਲੋ ਦੀ ਧਿਰ ਐ ਤੇ ਉਹਨਾਂ ਨੂੰ ਪਤਾ ਹੈ ਉਹ ਜਾਣ ਚੁੱਕਿਆ ਹੈ ਕਿ ਜਿਹੜਾ ਅੰਦੋਲਨ ਹੈ ਇਹ ਉਹਨਾਂ ਦੇ ਹਿੱਸੇ ਦੀ ਵੀ ਲੜਾਈ ਲੜੀ ਜਾ ਰਹੀ ਹੈ ਇਸ ਕਰਕੇ ਇਸ ਤਰ੍ਹਾਂ ਦੀਆਂ ਭਾਜਪਾ ਦੀਆਂ ਤੇ ਉਹਦੀ ਜੁੰਡਲੀ ਦੀਆਂ ਗਮਰਾਹਕੋਨਾ ਪ੍ਰਚਾਰ ਦਾ ਹਿੱਸਾ ਨਹੀਂ ਬਨਣਾ ਚਾਹੁੰਦਾ ਚਾਹੀਦਾ ਤੇ ਇਸ ਦੇ ਨਾਲ ਅਖੀਰ ਦੇ ਵਿੱਚ ਮੋਦੀ ਸਰਕਾਰ ਨੂੰ ਇਸ ਗੱਲ ਦੀ ਵੀ ਕਿਸਾਨ ਮੋਰਚੇ ਨੇ ਤਾੜਨਾ ਕੀਤੀ ਹੈ ਕਿ ਤੁਸੀਂ ਜਿਹੜੇ ਸਾਡੇ ਨੌਜਵਾਨ ਲਾਪਤਾ ਨੇ ਜਾਂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਚਾਹਤੇ ਚਾਹੇ ਉਹ ਲੜਕੀ ਨੌਦੀਪ ਕਾਰਾ ਤੁਸੀਂ ਉਹਨਾਂ ਤੇ ਜਿਹੜਾ ਤਸ਼ੱਦਦ ਹੈ ਜਾਂ ਝੂਠੇ ਕੇਸ ਪਾਉਣਾ ਬੰਦ ਕਰੋ ਤੇ ਉਹਨਾਂ ਦੀ ਤੁਰੰਤ ਰਿਹਾਈ ਕਰੋ ਕਿਉਂਕਿ ਅਸੀਂ ਸਮਝਦੇ ਹਾਂ ਕਿ ਕਿਸਾਨਾਂ ਮਜ਼ਦੂਰਾਂ ਦੀ ਹਰ ਵਰਗ ਦੀ ਸਾਂਝੀ ਲੜਾਈ ਹੈ ਤੇ ਇਹਦੇ ਵਿੱਚ ਇਹਦੇ ਵਿੱਚ ਕੋਈ ਵੀ ਸਵਾਲ ਝੁਕਣ ਦਾ ਨਹੀਂ ਹੈ ਡਰਨ ਦਾ ਨਹੀਂ ਹੈ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕੀਤਾ ਜਾਵੇਗਾ ਤੇ ਅੰਤ ਦੇ ਵਿੱਚ ਮੈਂ ਨਾਰੇ ਲਾ ਕੇ ਆਪਦੀ ਗੱਲ ਨੂੰ ਸਮਾਪਤ ਕਰਾਂ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਜਿੰਦਾਬਾਦ ਮੈਂ ਕਹੂੰਗਾ ਸੌਦਾ ਸੁਦਾ ਨਹੀਂ ਮਨਜ਼ੂਰ ਤੁਸੀਂ ਕਹਿਣਾ ਤਿੰਨੇ ਕਾਨੂੰਨ ਚੱਕਣਾ ਚੂਰ ਸੌਦਾ ਸੁਦਾ ਨਹੀਂ ਮਨਜ਼ੂਰ ਸੌਦਾ ਸੁਦਾ ਨਹੀਂ ਮਨਜ਼ੂਰ ਬਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਮੇਰੇ